ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਦੀਪ ਜੋਬ ਪੋਰਟਲ 'ਤੇ। ਸੋ ਦੋਸਤੋ, ਇੱਕ ਹੋਰ ਵੱਡਾ ਜਿਹੜਾ ਅਪਡੇਟ ਹੈ ਡਿਪਾਰਟਮੈਂਟ ਵੱਲੋਂ ਜਾਰੀ ਹੋਇਆ ਜੀ। ਜਿਹੜੇ ਬੱਚੇ ਵੇਟ ਕਰ ਰਹੇ ਸੀਗੇ ਜੀ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਦੇ, ਉਹਨਾਂ ਦੇ ਜਿਹੜੇ ਨੇ ਟ੍ਰਾਇਲ ਨੇ, ਉਹਨਾਂ ਦੀ ਮਿਤੀ ਦੋਸਤੋ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ। ਆਫੀਸ਼ੀਅਲ ਅਪਡੇਟ ਆ ਗਿਆ ਅਤੇ ਐਡਮਿਟ ਕਾਰਡ ਨੇ ਜਿਹੜੇ ਤੁਹਾਡੇ ਕਿੰਨਾ ਡੇਟਸ ਤੋਂ ਆ ਜਾਣਗੇ, ਕਦੋਂ ਤੋਂ ਸਟਾਰਟ ਨੇ, ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ। ਅਖੀਰ ਤੱਕ ਵੀਡੀਓ ਦੇ ਜੁੜੇ ਰਹੋ। ਸੋ ਦੋਸਤੋ, ਜਿਹੜਾ ਤੁਸੀਂ ਅਪਡੇਟ ਦੇਖ ਰਹੇ ਹੋ ਸਕਰੀਨ ਦੇ ਉੱਪਰ, ਇਹ ਪੰਜਾਬ ਪੁਲਿਸ ਵੱਲੋਂ ਹੁਣੇ ਹੁਣੇ ਜਾਰੀ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਨਵੈਸਟੀਗੇਸ਼ਨ ਕਾਡਰ ਦੇ ਵਿੱਚ ਜਿਹੜੀਆਂ ਹੈੱਡ ਕਾਂਸਟੇਬਲ ਰੈਂਕ ਦੀਆਂ ਭਰਤੀਆਂ ਸੀਗੀਆਂ, ਉਹਨਾਂ ਵਾਸਤੇ PST PMT ਯਾਨੀ ਕਿ ਫਿਜ਼ੀਕਲ ਲਾ ਲਓ, ਠੀਕ ਹੈ। ਅਤੇ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟ ਸਕਰੂਟਨੀ ਜਿਹੜੀ ਸੇਮ ਡੇ ਹੋਣੀ ਹੈ। ਕਦੋਂ ਤੋਂ ਹੋਣੀ ਹੈ? 20 ਤੋਂ ਲੈ ਕੇ 23 ਦਸੰਬਰ ਤੱਕ ਹੋਣਗੇ, 3 ਦਿਨ 4 ਦਿਨ ਚੱਲਣਗੇ ਇਹ, 20, 21, 22, 23, ਠੀਕ ਹੈ ਜੀ। ਅਤੇ ਦੋਸਤੋ, ਇਹਨਾਂ ਦੇ ਲਈ ਤੁਹਾਡੇ ਐਡਮਿਟ ਕਾਰਡ ਨੇ ਜਿਹੜੇ ਤੁਹਾਡੀਆਂ IDs ਦੇ ਵਿੱਚ ਆ ਚੁੱਕੇ ਨੇ, ਤੁਸੀਂ ਆਪਣੀ ਈਮੇਲ ਵੀ ਚੈੱਕ ਕਰ ਸਕਦੇ ਹੋ। ਅਤੇ ਸਾਰਾ ਪ੍ਰੋਸੀਜਰ ਆ ਜਿਹੜਾ ਤੁਹਾਨੂੰ ਤੁਹਾਡੀ ਈਮੇਲ ਦੇ ਵਿੱਚ ਮਿਲ ਜੂਗਾ, ਅਤੇ ਆਪਣੇ ਐਡਮਿਟ ਕਾਰਡ ਨੇ ਜਿਹੜੇ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਅਤੇ ਦੋਸਤੋ, ਇੱਕ ਗੱਲ ਹੋਰ, ਜਿਹੜਾ ਇਹ ਡਿਪਾਰਟਮੈਂਟ ਵੱਲੋਂ ਚੱਲ ਰਿਹਾ ਸਿਸਟਮ, ਪਹਿਲਾਂ ਸਬ ਇੰਸਪੈਕਟਰਾਂ ਦੀ, ਫਿਰ ਹੈੱਡ ਕਾਂਸਟੇਬਲ ਦੀ, ਫਿਰ ਉਸ ਤੋਂ ਬਾਅਦ ਕਾਂਸਟੇਬਲ ਦੀ ਹੋਣੀ ਹੈ। ਕਾਂਸਟੇਬਲ ਦੀ ਜਾ ਕੇ ਮੇਰੇ ਖਿਆਲ 'ਚ ਜਨਵਰੀ ਜਨਵਰੀ 'ਚ ਹੀ ਹੋਣੇ ਨੇ ਇੰਟੈਲੀਜੈਂਸ ਦੇ। ਅਤੇ ਦੋਸਤੋ, ਜਿਹੜਾ ਇੱਕ ਕੰਪੇਨ ਚਲਾਇਆ ਹੋਇਆ ਸੀ ਟਵਿੱਟਰ ਦੇ ਉੱਪਰ, ਵੀ ਦੇਖੋ ਹੁਣ ਫਿਜ਼ੀਕਲ ਤਾਂ ਸਾਰਿਆਂ ਦੇ ਕਰਵਾਏ ਜਾ ਰਹੇ ਨੇ, ਕਿਉਂਕਿ ਇਦਾਂ ਦਾ ਸਿਸਟਮ ਇਹ ਜਿਹੜਾ ਠੀਕ ਨਹੀਂ ਹੈਗਾ। ਇਹ ਹੁਣ ਇਹ ਚਾਹੀਦਾ ਕਿ ਪਹਿਲਾਂ ਇੱਕ ਭਰਤੀ ਨੂੰ ਹੀ ਸਿਰੇ ਚਾੜਿਆ ਜਾਵੇ, ਜਿਵੇਂ ਕਿ ਹੁਣ ਤੁਸੀਂ ਲਾ ਲਓ ਸਬ ਇੰਸਪੈਕਟਰ ਲਾ ਲਓ, ਜਿਹੜੇ ਉਹਨਾਂ ਦੇ ਫਿਜ਼ੀਕਲ ਹੋ ਕੇ ਹਟੇ ਨੇ, ਸਬ ਇੰਸਪੈਕਟਰ ਭਰਤੀ ਨੂੰ ਪਹਿਲਾਂ ਸਿਰੇ ਚਾੜ ਦਿੰਦੇ, ਫਾਈਨਲ ਮੈਰਿਟ ਫਾਈਨਲ ਜਿਹੜੀ ਲਿਸਟ ਉਹਨਾਂ ਦੀ ਜਾਰੀ ਕਰ ਦਿੰਦੇ, ਤਾਂ ਕਿ ਜਿਹੜੇ ਬੱਚੇ ਉਹਦੇ ਵਿੱਚ ਸ਼ਾਰਟ ਲਿਸਟ ਹੋ ਗਏ ਨੇ ਉਹ ਇਹਨਾਂ ਵਿੱਚ ਨਾ ਆਉਣ, ਹੈ ਨਾ। ਇਹਦੇ ਰਿਗਾਰਡਿੰਗ ਇੱਕ ਟਵਿੱਟਰ ਦੇ ਉੱਪਰ ਕੰਪੇਨ ਚਲਾਇਆ ਹੋਇਆ, ਤੁਸੀਂ ਸਾਡੀ ਟੈਲੀਗ੍ਰਾਮ ਚੈਨਲ 'ਤੇ ਤੁਹਾਡੇ 'ਤੇ ਜੁੜੋ, ਉੱਥੇ ਤੁਹਾਨੂੰ ਲਿੰਕ ਮਿਲ ਜੂਗਾ, ਅਤੇ ਉੱਥੇ ਵੱਧੋ ਵੱਧ ਜਾ ਕੇ ਟਵੀਟ ਕਰੋ, ਠੀਕ ਹੈ ਜੀ। ਉਹਦੇ ਬਾਰੇ ਦੱਸਣ ਦੀ ਮੈਨੂੰ ਜ਼ਿਆਦਾ ਲੋੜ ਨਹੀਂ ਹੈਗੀ, ਕਿਉਂਕਿ ਮੈਂ ਇੱਕ ਵਾਰ ਪਹਿਲਾਂ ਵੀ ਵੀਡੀਓ ਵਿੱਚ ਡਿਸਕਸ ਕੀਤਾ ਸੀਗਾ, ਸੋ ਵੀਡੀਓ ਰਿਪੀਟ ਹੋ ਜੂਗੀ, ਠੀਕ ਹੈ। ਟਵਿੱਟਰ ਦੇ ਉੱਪਰ ਤੁਸੀਂ ਵੱਧੋ ਵੱਧ ਟਵੀਟ ਕਰਨੇ ਨੇ ਅਤੇ ਉਹਨੂੰ ਸ਼ੇਅਰ ਕਰਨਾ, ਠੀਕ ਹੈ। ਇਹ ਤੁਹਾਨੂੰ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਅਤੇ ਦੋਸਤੋ, ਕਿਉਂਕਿ ਤੁਹਾਨੂੰ ਸਭ ਨੂੰ ਹੀ ਪਤਾ, ਜਿਹੜੇ ਬੱਚੇ ਕਿ ਇੱਕ ਦੋ ਦੋ ਨੰਬਰਾਂ ਤੋਂ ਰਹੇ ਹੋਏ ਨੇ, ਉਹਨਾਂ ਸਭ ਨੂੰ ਮੌਕਾ ਮਿਲ ਸਕਦਾ ਜੇ ਡਿਪਾਰਟਮੈਂਟ ਜਿਹੜਾ ਭਰਤੀਆਂ ਨੂੰ ਸਹੀ ਤਰੀਕੇ ਨਾਲ ਨਜਿੱਠੇ, ਠੀਕ ਹੈ ਜੀ। ਸੋ ਬਾਕੀ ਅਖੀਰ 'ਚ ਮੈਂ ਤੁਹਾਨੂੰ ਕਹੂੰਗਾ ਕਿ ਜਿਹੜੇ ਬੱਚਿਆਂ ਦਾ ਇਹਨਾਂ ਦੇ ਵਿੱਚ ਨਾਮ ਆਇਆ ਭਾਈ, ਜਿਹੜੇ ਜਿਹਨਾਂ ਦਾ ਨਾਮ ਦੂਰੀ ਵਾਰ ਆ ਗਿਆ, ਜਿਵੇਂ ਹੁਣ ਸਬ ਇੰਸਪੈਕਟਰ ਜਿਹੜੇ ਬੱਚੇ ਲਾ ਲਓ ਵਧੀਆ ਨੰਬਰ ਨੇ, ਮੈਂ ਉਹਨਾਂ ਨੂੰ ਇਹ ਕਹੂੰਗਾ, ਜਿਨ੍ਹਾਂ ਦਾ ਫਿਜ਼ੀਕਲ ਵੀ ਪਾਸ ਆ, ਮੈਂ ਇਹੀ ਕਹੂੰਗਾ ਕਿ ਭਾਈ ਦੂਜਿਆਂ ਨੂੰ ਵੀ ਮੌਕਾ ਦੇਣ ਦਾ ਬਣਦਾ ਹੀ ਹੈ, ਕਿਉਂਕਿ ਇਹ ਚੀਜ਼ ਜਿਹੜੀ ਆ ਰੱਬ ਦੇਖਦਾ, ਠੀਕ ਹੈ। ਕਿਉਂਕਿ ਆਪਾਂ ਇੰਨੀਆਂ ਪੋਸਟਾਂ ਜਿਹੜੀਆਂ ਖਰਾਬ ਕਰਾਂਗੇ ਉਹ ਬੈਕਲੌਗ ਵਿੱਚ ਜਾਣਗੀਆਂ, ਠੀਕ ਹੈ। ਬਟ ਇਹਦੇ ਵਿੱਚ ਕੈਂਡੀਡੇਟਾਂ ਦਾ ਕੋਈ ਕਸੂਰ ਨਹੀਂ ਹੈਗਾ, ਸਾਰਾ ਕਸੂਰ ਡਿਪਾਰਟਮੈਂਟ ਦਾ ਹੀ ਹੈ ਕਿ ਇਹਨੂੰ ਸਿਸਟਮੈਟਿਕ ਤਰੀਕੇ ਨਾਲ ਅਰੇਂਜ ਕਰਾਇਆ ਜਾਵੇ, ਠੀਕ ਹੈ। ਸੋ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ, ਅਤੇ ਜਿਹੜੀ ਮੈਂ ਗੱਲ ਟਵਿੱਟਰ ਵਾਲੀ ਕਹੀ ਆ ਉਹ ਜਾ ਕੇ ਟਵੀਟ ਜ਼ਰੂਰ ਕਰਿਓ। ਤੁਹਾਨੂੰ ਟਵਿੱਟਰ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਡਿਸਕ੍ਰਿਪਸ਼ਨ 'ਚ ਸਾਡੇ ਟੈਲੀਗ੍ਰਾਮ ਦਾ ਲਿੰਕ ਹੈਗਾ, ਟੈਲੀਗ੍ਰਾਮ ਦੇ ਵਿੱਚ ਮੈਂ ਇਹਦਾ ਪਾਇਆ ਹੋਇਆ ਸੀਗਾ ਕੱਲ੍ਹ, ਅਤੇ ਉੱਥੋਂ ਤੁਹਾਨੂੰ ਮਿਲ ਜੂਗਾ, ਠੀਕ ਹੈ ਜੀ। ਸੋ ਅਗਲੀ ਵੀਡੀਓ 'ਚ ਮਿਲਦੇ ਹਾਂ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ।